ਪਹਿਲਾਂ ਇਹਨਾਂ ਨੇ, ਮੈਂ ਐਗਜ਼ਾਮਪਲ ਦਿੱਤਾ ਹੁਣ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਅਤੇ ਉਹ ਮਨਜਿੰਦਰ ਸਿਰਸਾ ਜੀ ਅਤੇ ਉਹ ਆਰ ਪੀ ਸਿੰਘ ਜਿਹੜੇ ਇਹਨਾਂ ਦੇ ਰੱਖੇ ਹੋਏ ਨਾ ਬੋਲਣ ਵਾਲੇ, ਜੋ ਬੋਲਣਗੇ ਉਹਦੇ ਮਾਗਰੀ ਬੋਲਣਾ ਹੁੰਦਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਹ ਸੁਣ ਲਿਓ, ਆਰ ਡੀ ਐਫ ਦਾ ਪੈਸਾ ਪੰਜਾਬ ਦਾ 5,500 ਕਰੋੜ ਰੋਕ ਲਿਆ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ, ਤੀਰਥ ਯਾਤਰਾ, ਅਸੀਂ ਤੀਰਥ ਯਾਤਰਾ ਕਰਾਉਣੀ ਸੀ, ਅਸੀਂ ਰੇਲਵੇ ਨਾਲ ਐੱਮ ਓ ਯੂ ਕੀਤਾ ਜੀ ਜਨਾਬ, ਐੱਮ ਓ ਯੂ ਹੈ, ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ, ਹਜੇ ਵੀ 1.5 ਕਰੋੜ ਰੁਪਈਆ ਸਾਡਾ ਉਹਨਾਂ ਵੱਲ ਵੱਧਦਾ ਹੈ, ਪਹਿਲੀ ਟ੍ਰੇਨ ਦੇ ਕੇ ਜਦੋਂ ਪਤਾ ਲੱਗਿਆ ਤਾਂ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ, ਚਲੋ ਜੀ ਟ੍ਰੇਨਾਂ ਰੋਕ ਦਿਉ, ਟ੍ਰੇਨਾਂ ਦੇਣ ਤੋਂ ਵਾਰਾਣਸੀ ਵਾਲੀ ਟ੍ਰੇਨ ਰੋਕੀ, ਅਜਮੇਰ ਵਾਲੀ ਟ੍ਰੇਨ ਰੋਕੀ, ਨਾਂਦੇੜ ਸਾਹਿਬ ਵਾਲੀ ਟ੍ਰੇਨ ਇੱਕੋ ਗਈ ਸੀ ਬਸ, ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ, ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ, 50 ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਅਤੇ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲ, ਐੱਮ ਓ ਯੂ ਕਰਕੇ ਮੁੱਕਰ ਗਈ ਜੀ, ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਨਹੀਂ ਦੇ ਸਕਦੇ ਤੁਹਾਨੂੰ ਟ੍ਰੇਨਾਂ, ਸਾਡੇ ਕੋਲ ਇੰਜਣ ਹੈ ਨਹੀਂ, ਰੋਜ਼ ਡਬਲ ਇੰਜਣ ਕਰਦਾ ਫਿਰਦਾ ਰਹਿੰਦਾ ਮੋਦੀ, ਅਤੇ ਰੇਲਵੇ ਕੋਲ ਇੰਜਣ ਹੈ ਨਹੀਂ, ਹਾਂ ਇੰਜਣਾਂ ਦੀ ਘਾਟ ਹੈ ਕਹਿੰਦੇ ਸਾਡੇ ਕੋਲ, ਧੁੰਦ ਵਾਲੇ ਦਿਨ ਚੱਲਦੇ ਨੇ, ਟ੍ਰੇਨਾਂ ਕੋਲ ਇੰਜਣ ਹੈ ਨਹੀਂ, ਭਾਸ਼ਣ 'ਚ ਡਬਲ ਇੰਜਣ, ਪਹਿਲਾਂ ਇਹਨਾਂ ਨੇ, ਮੈਂ ਐਗਜ਼ਾਮਪਲ ਦਿੱਤਾ ਹੁਣ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਅਤੇ ਉਹ ਮਨਜਿੰਦਰ ਸਿਰਸਾ ਜੀ ਅਤੇ ਉਹ ਆਰ ਪੀ ਸਿੰਘ ਜਿਹੜੇ ਇਹਨਾਂ ਦੇ ਰੱਖੇ ਹੋਏ ਨਾ ਬੋਲਣ ਵਾਲੇ, ਜੋ ਬੋਲਣਗੇ ਉਹਦੇ ਮਾਗਰੀ ਬੋਲਣਾ ਹੁੰਦਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਹ ਸੁਣ ਲਿਓ, ਆਰ ਡੀ ਐਫ ਦਾ ਪੈਸਾ ਪੰਜਾਬ ਦਾ 5,500 ਕਰੋੜ ਰੋਕ ਲਿਆ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ, ਤੀਰਥ ਯਾਤਰਾ, ਅਸੀਂ ਤੀਰਥ ਯਾਤਰਾ ਕਰਾਉਣੀ ਸੀ, ਅਸੀਂ ਰੇਲਵੇ ਨਾਲ ਐੱਮ ਓ ਯੂ ਕੀਤਾ ਜੀ ਜਨਾਬ, ਐੱਮ ਓ ਯੂ ਹੈ, ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ, ਹਜੇ ਵੀ 1.5 ਕਰੋੜ ਰੁਪਈਆ ਸਾਡਾ ਉਹਨਾਂ ਵੱਲ ਵੱਧਦਾ ਹੈ, ਪਹਿਲੀ ਟ੍ਰੇਨ ਦੇ ਕੇ ਜਦੋਂ ਪਤਾ ਲੱਗਿਆ ਤਾਂ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ, ਚਲੋ ਜੀ ਟ੍ਰੇਨਾਂ ਰੋਕ ਦਿਉ, ਟ੍ਰੇਨਾਂ ਦੇਣ ਤੋਂ ਵਾਰਾਣਸੀ ਵਾਲੀ ਟ੍ਰੇਨ ਰੋਕੀ, ਅਜਮੇਰ ਵਾਲੀ ਟ੍ਰੇਨ ਰੋਕੀ, ਨਾਂਦੇੜ ਸਾਹਿਬ ਵਾਲੀ ਟ੍ਰੇਨ ਇੱਕੋ ਗਈ ਸੀ ਬਸ, ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ, ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ, 50 ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਅਤੇ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲ, ਐੱਮ ਓ ਯੂ ਕਰਕੇ ਮੁੱਕਰ ਗਈ ਜੀ, ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਨਹੀਂ ਦੇ ਸਕਦੇ ਤੁਹਾਨੂੰ ਟ੍ਰੇਨਾਂ, ਸਾਡੇ ਕੋਲ ਇੰਜਣ ਹੈ ਨਹੀਂ, ਰੋਜ਼ ਡਬਲ ਇੰਜਣ ਕਰਦਾ ਫਿਰਦਾ ਰਹਿੰਦਾ ਮੋਦੀ, ਅਤੇ ਰੇਲਵੇ ਕੋਲ ਇੰਜਣ ਹੈ ਨਹੀਂ, ਹਾਂ ਹਾਂ ਇੰਜਣਾਂ ਦੀ ਘਾਟ ਹੈ ਕਹਿੰਦੇ ਸਾਡੇ ਕੋਲ, ਧੁੰਦ ਵਾਲੇ ਦਿਨ ਚੱਲਦੇ ਨੇ, ਟ੍ਰੇਨਾਂ ਕੋਲ ਇੰਜਣ ਹੈ ਨਹੀਂ, ਭਾਸ਼ਣ 'ਚ ਡਬਲ ਇੰਜਣ